ਇਹ ਸਮੁੱਦੀ ਨਜ਼ਰ ਦੀ ਸਮੁੱਦੀ ਹੈ, ਇਹ ਪੀਣ ਵਾਲੇ ਦੀ ਨਜ਼ਰ ਨਹੀਂ ਵੀਕ ਹੁੰਦੀ ਕਦੇ। ਦੋ ਗਲਾਸ ਪੀਓ, ਇੱਕ ਗਲਾਸ ਪੀਓ, ਜਿੰਨੇ ਗਲਾਸ ਬਣ ਜਾਣ ਸਾਰੇ ਘਰ ਵਾਲਿਆਂ 'ਚ ਵੰਡੋ। ਐਡੀ ਕੰਮ ਦੀ ਚੀਜ਼ ਹੈ ਇਹ। ਬੱਚਿਆਂ ਨੂੰ ਨਿੱਕੀ ਉਮਰ 'ਚ ਅਣਖਾਂ ਲੱਗਣ ਦਾ ਕਾਰਨ ਇਹ ਫੂਡ ਦਾ ਹੀ ਰੌਲਾ ਜ਼ਿਆਦਾ। ਦਵਾਈਆਂ ਹੋਮਿਓਪੈਥਿਕ ਦੀਆਂ ਬਹੁਤ ਆਲਾ ਦਵਾਈਆਂ ਹੋਮਿਓਪੈਥਿਕ 'ਚ ਇਹ ਨਜ਼ਰ ਠੀਕ ਕਰ ਦਿੰਦੀਆਂ। ਇਹਦੀ ਪਿੰਨੀਆਂ ਬਣਾ ਲਓ, ਛੋਟੀਆਂ ਛੋਟੀਆਂ, ਵੱਡੀਆਂ ਨੇ ਛੋਟੀਆਂ ਛੋਟੀਆਂ ਪਿੰਨੀਆਂ, ਉਹ ਇੱਕ ਪਿੰਨੀ ਰੋਜ਼ ਦੀ ਖਾਣ ਦੀ ਆਦਤ ਪਾ ਲਓ, ਜਸਟ ਇੱਕ ਪਿੰਨੀ। ਵਾਲ ਡਿਗਰੋਂ ਬੰਦ ਹੋ ਜਾਂਦੇ ਗਾਜਰਾਂ ਖਾਣ ਵਾਲੇ ਦੇ। ਹੁਣ ਗਾਜਰਾਂ ਨੂੰ ਕਰਨਾ ਕੀ ਹੈ, ਕਰੋ ਇੰਨੀ ਬਰੀਕ ਸਕਰੀਨ 'ਤੇ ਨਾ ਪੜੋ, ਬਹੁਤ ਜ਼ਿਆਦਾ ਨਾ ਪੜੋ, ਖਾਸ ਤੌਰ 'ਤੇ ਜਦੋਂ ਹਨੇਰਾ ਹੋ ਜਾਂਦਾ ਤੁਸੀਂ ਲਾਈਟ ਆਫ ਕਰ ਦਿੰਦੇ ਉਦੋਂ ਪੜ੍ਹ ਦਿਓ, ਇਨਫਰਾਰੈਡ ਰੇਜ਼ ਤੁਹਾਨੂੰ ਬਹੁਤ ਜ਼ਿਆਦਾ ਅਸਰ ਪਾਉਂਦਾ ਨਾ। ਇੱਥੇ 90% ਔਰਤਾਂ ਦਾ ਤਾਂ ਆਇਰਨ ਲੋ ਹੈ, ਵਿਟਾਮਿਨ ਡੀ ਲੋ ਹੈ, ਵਿਟਾਮਿਨ ਏ ਲੋ ਹੈ, ਵਿਟਾਮਿਨ ਏ ਤਾਂ ਚੈੱਕ ਹੀ ਕੋਈ ਨਹੀਂ ਕਰਦਾ, ਜਿਹੜਾ ਅੱਖਾਂ ਦੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ। ਔਰਤ ਜਦੋਂ ਪ੍ਰੈਗਨੈਂਟ ਹੁੰਦੀ ਹੈ ਸਭ ਤੋਂ ਪਹਿਲਾਂ ਉਹਨੂੰ ਜਿਹੜੀ ਚੀਜ਼ ਖਾਣੀ ਚਾਹੀਦੀ ਉਹ ਖਜੂਰ ਖਾਣੀ ਚਾਹੀਦੀ। ਸਵਾਗਤ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਮੈਂ ਜੋਗਰਾਜ ਸਿੰਘ ਕਾਲੋ, ਪ੍ਰੋਗਰਾਮ ਹੈ ਪ੍ਰਾਈਮ ਹੈਲਥ। ਹਰ ਵਾਰ ਦੀ ਤਰ੍ਹਾਂ ਅੱਜ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੀ ਸਿਹਤ ਸੰਬੰਧੀ ਗੱਲਾਂ ਬਾਤਾਂ ਹੋਣਗੀਆਂ। ਮੈਂ ਤੁਹਾਡੇ ਬਹੁਤ ਸਾਰੇ ਸੁਝਾਅ ਆਉਂਦੇ ਨੇ ਕਿ ਵੱਖ ਵੱਖ ਚੀਜ਼ਾਂ ਦੇ ਉੱਤੇ, ਜਿਵੇਂ ਕਿ ਟਿੱਪਣੀਆਂ ਲਈਦੀਆਂ ਨੇ ਕਿ ਕਿਹੜੀ ਚੀਜ਼ ਦੇ ਉੱਤੇ ਪ੍ਰੋਗਰਾਮ ਕਰੀਏ, ਫਿਰ ਤੁਹਾਡੇ ਸੁਝਾਅ ਆਉਂਦੇ ਨੇ ਕਿ ਹੁਣ ਇਸ ਵਾਰੀ ਇਸ ਮੁੱਦੇ ਦੇ ਉੱਤੇ ਕਰੋ, ਇਸ ਦਵਾਈ ਦੇ ਉੱਤੇ। ਕਈ ਵਾਰੀ ਕੋਸ਼ਿਸ਼ ਕਰੀਦੀ ਆ ਦਵਾਈ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤਾ ਜਾਏ, ਕਿਸੇ ਇੱਕ ਖਾਸ ਸ਼ਹਿਰ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਕੀਤਾ ਜਾਏ ਕਿ ਉਹ ਸਾਡੀਆਂ ਘਰਾਂ 'ਚੋਂ, ਸਾਡੀਆਂ ਰਸੋਈਆਂ 'ਚੋਂ ਜਦੋਂ ਦੀਆਂ ਚੀਜ਼ਾਂ ਗਾਇਬ ਹੋਈਆਂ ਨੇ, ਸਾਨੂੰ ਬਿਮਾਰੀਆਂ ਨੇ ਜਕੜ ਲਿਆ। ਜੇ ਅਸੀਂ ਉਹਨਾਂ ਚੀਜ਼ਾਂ ਨੂੰ ਵਾਪਸ ਆਪਣੀਆਂ ਰਸੋਈਆਂ ਚੀਜ਼ਾਂ ਰੋਜ਼ ਦੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਤਾਂ ਉਹਦਾ ਅਸਰ ਪਏਗਾ, ਹੋ ਸਕਦਾ ਸਾਨੂੰ ਦਵਾਈਆਂ ਤੱਕ ਜਾਣਾ ਨਾ ਪਏ। ਪਰ ਜਦੋਂ ਉਹ ਪਰਹੇਜ਼ ਨਹੀਂ ਕੀਤੇ ਜਾਂਦੇ ਤਾਂ ਫਿਰ ਗੱਲ ਜਿਹੜੀ ਬਿਮਾਰੀ ਤੱਕ ਪਹੁੰਚਦੀ ਹੈ, ਫਿਰ ਬਿਮਾਰੀ ਤੋਂ ਬਾਅਦ 'ਚ ਪਰਹੇਜ਼ ਨਹੀਂ ਫਿਰ ਇਲਾਜ ਸ਼ੁਰੂ ਹੁੰਦਾ ਹੈ। ਫਿਰ ਕਿਸੇ ਬਿਮਾਰੀ ਨੂੰ ਕੇਂਦਰਿਤ ਰੱਖ ਕੇ ਪ੍ਰੋਗਰਾਮ ਅਗਾਂਹ ਕਰ ਲਈਦਾ ਕਿ ਉਹਦੇ ਉੱਤੇ ਹੁਣ ਕਿਹੜੀ ਬਿਮਾਰੀ ਦਾ ਹੱਲ ਤੁਸੀਂ ਕਿਵੇਂ ਕਰਨਾ ਹੈ, ਉਸ ਬਿਮਾਰੀ ਦਾ ਹੱਲ ਤੁਸੀਂ ਆਪਣੇ ਘਰੋਂ ਕਿੱਦਾਂ ਕਰ ਸਕਦੇ ਹੋ, ਦੇਸੀ ਤਰੀਕੇ ਨਾਲ ਕਿਵੇਂ ਕਰ ਸਕਦੇ ਹੋ, ਫਿਰ ਨਾਲ ਤੁਸੀਂ ਹੋਮਿਓਪੈਥਿਕ ਦਵਾਈ ਦੇ ਨਾਲ ਕਿਵੇਂ ਕਰ ਸਕਦੇ ਹੋ। ਸੋ ਰੋਜ਼ ਦੀ ਤਰ੍ਹਾਂ ਇਹਨਾਂ ਸਾਰਿਆਂ ਮੁੱਦਿਆਂ ਦੇ ਉੱਤੇ ਗੱਲਬਾਤ ਕਰ ਲਈ। ਅੱਜ ਅਸੀਂ ਅੱਖਾਂ ਦੇ ਉੱਤੇ ਗੱਲ ਕਰਾਂਗੇ ਕਿ ਅੱਖਾਂ ਦੀ ਰੌਸ਼ਨੀ, ਪਹਿਲਾਂ ਤਾਂ ਜਿਹੜੀ ਰੌਸ਼ਨੀ ਅਸੀਂ ਕਹਿੰਦੇ, ਜਿਹੜੀ ਨਿਗਾਹ ਸਾਡੀ ਅੱਖਾਂ ਦੀ, ਉਹਨੂੰ ਘੱਟ ਹੋਣੋਂ ਕਿਵੇਂ ਬਚਾਉਣਾ, ਪ੍ਰੀਕੋਸ਼ਨ ਕੀ ਲੈਣੇ ਨੇ, ਅਤੇ ਜੇਕਰ ਹੌਲੀ ਹੌਲੀ ਉਹ ਖਰਾਬ ਹੋਣ ਲੱਗ ਗਈ ਹੈ ਤਾਂ ਫਿਰ ਖਰਾਬ ਹੋਣ ਤੋਂ ਬਾਅਦ 'ਚ ਹੁਣ ਚੇਂਜਿਸ ਐਸੀਆਂ ਕੀ ਲੈ ਕੇ ਆਉਣੀਆਂ ਨੇ ਆਪਣੀ ਰੋਜ਼ ਦੀ ਜ਼ਿੰਦਗੀ 'ਚ ਕਿ ਉਹਨੂੰ ਦੇਸੀ ਤਰੀਕੇ ਨਾਲ ਪਹਿਲਾਂ ਹੱਲ ਕੀਤਾ ਜਾ ਸਕੇ, ਫਿਰ ਕੁਛ ਦਵਾਈਆਂ ਕੀ ਨੇ ਜਿਹਦੇ ਨਾਲ ਹੱਲ ਕੀਤਾ ਜਾ ਸਕੇ। ਪਹਿਲਾਂ ਤਾਂ ਰੋਕਣ 'ਤੇ ਲੈ ਕੇ ਆਈਏ ਕਿ ਅੱਖਾਂ ਬੱਚਿਆਂ ਨੂੰ ਅੱਜ ਜੰਮਦੇ ਐਣਕਾਂ ਕਿਉਂ ਲੱਗ ਰਹੀਆਂ ਨੇ, ਆਖਿਰਕਾਰ ਕਮੀ ਪੇਸ਼ੀ ਕਿੱਥੇ ਆ ਰਹੀ ਆ, ਸਾਡੇ ਵਿੱਚ ਕਿੱਥੇ ਕਮੀ ਹੈ ਕਿ ਅਸੀਂ ਜੰਮਦੇ ਕਿਤੇ ਬੱਚਿਆਂ ਨੂੰ ਬਿਮਾਰੀਆਂ ਦੇ ਦਿੰਦੇ, ਉਹਨਾਂ ਨੂੰ ਰੋਕਣਾ ਕਿੱਦਾਂ ਆ। ਸੋ ਕੁਛ ਜ਼ਿੰਦਗੀ 'ਚ ਸਾਨੂੰ ਬਦਲਾਵ ਕਰਨੇ ਪੈਣਗੇ ਉਹ ਚੀਜ਼ਾਂ ਦੇ ਉੱਤੇ ਕਾਬੂ ਪਾਉਣ ਲਈ। ਡਾਕਟਰ ਮੁਰਤਜ਼ਾ ਸਾਡੇ ਨਾਲ ਰੋਜ਼ ਦੀ ਤਰ੍ਹਾਂ ਅੱਜ ਵੀ ਨੇ, ਅੱਖਾਂ ਦੇ ਉੱਤੇ ਵਿਸ਼ੇਸ਼ ਜਾਣਕਾਰੀ ਲੈ ਕੇ ਅੱਜ ਦਾ ਪ੍ਰੋਗਰਾਮ ਹੋਏਗਾ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਤੁਹਾਡਾ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਮੈਂ ਤਾਂ ਕਿਹਾ ਮੈਨੂੰ ਭੁੱਲ ਹੀ ਗਏ ਕਿਤੇ। ਨਹੀਂ ਨਹੀਂ, ਭੁੱਲਾਂ ਕਿ ਤੁਹਾਨੂੰ, ਤੁਹਾਨੂੰ ਤੁਹਾਡੇ ਤੋਂ ਅੱਜ ਪ੍ਰੋਗਰਾਮ ਤੁਸੀਂ ਕਿਤੇ ਇਕੱਲੇ ਨਹੀਂ ਕਰਨਾ, ਮੈਂ ਤਾਂ ਸੌਣ ਲੱਗਾ ਸਕਦਾ। ਅੱਛਾ, ਮੈਂ ਲਾ ਲੈਣਾ। ਤੁਸੀਂ ਬੜਾ ਸੋਹਣਾ ਬੋਲ ਰਹੇ ਹੋ, ਬੋਲੇ ਜਾਣਾ ਸੀ, ਐਡੀਆਂ ਸੋਹਣੀਆਂ ਗੱਲਾਂ ਕਰ। ਤੁਸੀਂ ਦੱਸਿਆ ਸੀ, ਮੈਂ ਤਾਂ ਇੱਦਾਂ ਕਰਕੇ ਨਾ ਇੱਦਾਂ ਕਰਕੇ ਸੁਣ ਰਿਹਾ ਸੀ। ਤੁਸੀਂ ਦੱਸਿਆ ਸੀ ਨਾ ਪਹਿਲਾਂ ਇੱਦਾਂ ਇੱਦਾਂ ਬੋਲਦੇ ਹੋ, ਫਿਰ ਮੈਂ ਉੱਦਾਂ ਕਰਕੇ ਬੋਲਣ ਲੱਗ ਗਿਆ। ਨਹੀਂ, ਬੋਲਿਆ ਕਰੋ। ਕੀ ਹਾਲ ਚਾਲ ਨੇ? ਸਿਹਤਾਂ ਸਿਹਤਾਂ ਐਕਸਲੈਂਟ, ਵਧੀਆ ਨੇ। ਅੱਖਾਂ ਠੀਕ ਨੇ? ਤੁਹਾਨੂੰ ਕਦੀ ਜ਼ਿੰਦਗੀ 'ਚ ਐਣਕਾਂ ਲੱਗੀਆਂ? ਹਾਂ ਲੱਗੀਆਂ, ਮੋਬਾਈਲ ਨੇ ਲਵਾਈਆਂ। ਅੱਛਾ, ਮੋਬਾਈਲ ਨੇ? ਮੈਨੂੰ ਤਾਂ ਐਨਕ ਲੱਗੀ ਕਿ ਤੁਸੀਂ, ਮੈਂ ਤਾਂ 6x6 ਐਮ ਮੋਬਾਈਲ ਦਾ ਸਤਿਆਨਾਸ਼ ਅਸੀਂ ਹਟੇ ਦੀ ਥੋੜ੍ਹੀ ਜਿਹੀ ਲੱਗੀ ਜਾਂ ਪੁਆਇੰਟ, ਪਰ ਤੁਸੀਂ ਲਾ ਕੇ ਤਾਂ ਰੱਖਦੇ 0.25, ਥੋੜ੍ਹੀ ਜਿਹੀ ਹੈਗੀ ਆ, ਉਹਦਾ ਕੀ ਲਾਣਾ। ਜਦੋਂ ਐਨਕ ਤੁਹਾਨੂੰ ਫੀਲ ਹੋਏ ਨਾ ਕਿ ਮੋਬਾਈਲ 'ਤੇ, ਤੁਹਾਨੂੰ ਥੋੜ੍ਹਾ ਥੋੜ੍ਹਾ ਧੁੰਦਲਾ ਨਜ਼ਰ ਆਉਣਾ ਸ਼ੁਰੂ ਹੋ ਗਿਆ, ਅਤੇ ਉਹ ਗਲਤੀ ਨਹੀਂ ਕਰਨੀ ਜਿਹੜੀ ਮੈਂ ਕੀਤੀ।
ਕਿਹੜੀ? ਸਾਰੇ ਕਰਦੇ ਆ, ਪਰ ਉਹਨੂੰ ਮੋਬਾਈਲ ਨੂੰ ਦੇਖਣਾ ਬੰਦ ਕਰ ਦਿਓ ਦੁਬਾਰਾ, ਐਨਕ ਤੋਂ ਬਗੈਰ। ਫੌਰਨ ਜਾਓ ਡਾਕਟਰ ਕੋਲ, ਐਨਕ ਲਵਾਓ, ਫਿਰ ਮੋਬਾਈਲ ਨੂੰ ਦੇਖੋ, ਅਤੇ ਜਿਹੜੇ ਕੋਈ ਸਾਡੇ ਕੋਲ ਫਾਰਮੂਲੇ ਹੈਗੇ ਆ ਉਹ ਲੈ ਲਓ, ਅਤੇ ਉਹ ਖਾਣੇ ਸ਼ੁਰੂ ਕਰ ਦਿਓ। ਅੱਛਾ, ਮੈਂ ਮਤਲਬ ਜਦੋਂ ਮੋਸਟਲੀ ਬੰਦੇ ਨੇ ਘਰੇ ਸਵੇਰੇ ਸ਼ਾਮ ਮੋਸਟਲੀ ਸਕਰੀਨ 'ਤੇ ਬੰਦੇ ਨੇ ਬੈਠਣਾ ਹੁੰਦਾ, ਉਦੋਂ ਐਨਕ ਲਾ ਕੇ ਚੀਜ਼ ਨੂੰ ਵਰਤ ਲਓ। ਹਾਂ, ਜੇ 0.25 ਹੋ ਗਈ ਤਾਂ, ਜੇ ਉਸ ਤੋਂ ਪਹਿਲਾਂ ਤਾਂ ਫਿਰ ਆਪਣੀ ਅੱਖਾਂ ਦਾ ਕੋਈ ਅਹਿਸਾਸ ਕਰੋ, ਇੰਨੀ ਬਰੀਕ ਸਕਰੀਨ 'ਤੇ ਨਾ ਪੜੋ, ਬਹੁਤ ਜ਼ਿਆਦਾ ਨਾ ਪੜੋ। ਖਾਸ ਤੌਰ 'ਤੇ ਜਦੋਂ ਹਨੇਰਾ ਹੋ ਜਾਂਦਾ, ਤੁਸੀਂ ਲਾਈਟ ਆਫ ਕਰ ਦਿੰਦੇ ਉਦੋਂ ਪੜ੍ਹ ਦਿਓ, ਇਨਫਰਾਰੈਡ ਰੇਜ਼ ਤੁਹਾਨੂੰ ਬਹੁਤ ਉਸ ਤੋਂ ਜ਼ਿਆਦਾ ਅਸਰ ਪਾਉਂਦਾ ਨਾ, ਉਦੋਂ ਜ਼ਿਆਦਾ ਟੀਵੀ ਵੀ ਅਸਰ ਪਾਉਂਦਾ ਬੰਦ ਆਫਕੋਰਸ ਲਾਈਟਾਂ ਦੇ ਵਿੱਚ। ਹੁਣ ਤਾਂ ਖੈਰ ਟੀਵੀ ਅਸੀਂ ਅਸੀਂ ਕੁਆਲਿਟੀ ਦੇ ਆ ਗਏ ਨੇ, ਹੁਣ ਤਾਂ ਟੀਵੀ ਨੇ ਕੀ ਅਸਰ ਪਾਉਣਾ। ਇਹ ਕਹਿੰਦੇ ਤਾਂ ਫੋਨ ਵਾਲੇ ਨੇ ਵੀ ਅਸੀਂ ਆਹ ਸਕਰੀਨ ਦੇ ਦਿੱਤੀ, ਆਹ ਚੀਜ਼ਾਂ ਦੇ ਦਿੱਤੀਆਂ। ਰੇਜ਼ ਜਿਹੜੀਆਂ ਨੇ ਇਨਫਰਾਰੈਡ ਰੇਜ਼, ਇਹ ਤੁਹਾਨੂੰ ਹਰ ਜਗ੍ਹਾ 'ਤੇ ਅਸਰ ਪਾਉਂਦੀਆਂ ਨੇ। ਇਹ ਤੁਹਾਡੀਆਂ ਸੂਰਜ 'ਚੋਂ ਜਿਹੜੀਆਂ ਆ ਰਹੀਆਂ ਨੇ ਉਹ ਵੀ ਅਸਰ ਪਾਉਂਦੀਆਂ ਨੇ। ਤੁਸੀਂ ਦੇਖੋ ਇੱਥੇ ਗੋਰਿਆਂ ਨੇ ਹਮੇਸ਼ਾ ਦਿਨ ਨੂੰ ਐਨਕ ਲਾਈ ਹੁੰਦੀ, ਹਾਂਜੀ ਹਮੇਸ਼ਾ ਲਾ ਕੇ ਲਾ ਕੇ ਰੱਖਦੇ, ਔਰ ਅਸੀਂ ਬਗੈਰ ਜਿਹੜੀਆਂ ਯੂ ਵੀ ਰੇਜ਼ ਨੇ ਉਹ ਕਾਫ਼ੀ ਮਤਲਬ ਅਸਰ ਪਾਉਂਦੀਆਂ। ਹਾਂ, ਮੇਰੀ ਗੱਡੀ 'ਚ 4 ਐਨਕਾਂ ਪਈਆਂ, ਮੈਨੂੰ ਯਾਦ ਹੀ ਨਹੀਂ ਕਿ ਕਦੋਂ ਮੈਂ ਲਾਈਆਂ ਸੀ ਆਖਰੀ ਵਾਰੀ, ਯਾਦ ਹੀ ਨਹੀਂ ਆਉਂਦਾ। ਅਤੇ ਗੋਰੇ ਘਰੋਂ ਨਿਕਲਣ ਤੋਂ ਪਹਿਲਾਂ ਐਨਕ ਲਾ ਲੈਂਦੇ ਨੇ, ਉਹ ਲਾਉਂਦੇ ਜ਼ਰੂਰ। ਅਸੀਂ ਕਈ ਵਾਰੀ ਇਹਨੂੰ ਸ਼ਕੀਨੀ ਨਾਲ ਮੇਲ ਕਰ ਲੈਂਦੇ ਹਾਂ ਕਿ ਬੰਦਾ ਟੌਰ ਨਹੀਂ ਲਾ ਰਿਹਾ, ਸ਼ਕੀਨੀ ਨਹੀਂ ਲਾ ਰਿਹਾ, ਕਿਤੇ ਸਟਾਈਲ ਨੂੰ ਲਾ ਰਿਹਾ, ਪਰ ਇਹ ਬੇਸਿਕ ਨੈਸੈਸਿਟੀ ਵੀ ਅੱਖਾਂ ਦੀ, ਅੱਖਾਂ ਨੂੰ ਧੁੱਪ ਤੋਂ ਬਚਾਉਣਾ ਜ਼ਰੂਰੀ ਹੈ। ਧੁੱਪ ਤੋਂ ਬਚਾਉਣਾ, ਐਕਚੁਅਲੀ ਤੁਸੀਂ ਅੱਖਾਂ ਨੂੰ ਰੇਜ਼ ਤੋਂ ਬਚਾ ਰਹੇ ਹੋ। ਜਦੋਂ ਤੁਹਾਡੀਆਂ ਅੱਖਾਂ ਰੇਜ਼ ਤੋਂ ਬਚ ਜਾਂਦੀਆਂ ਨੇ ਨਾ, ਅਤੇ ਉਹ ਰੇਜ਼ ਜਿਹੜੀਆਂ ਨੇ ਉਹ ਜਿਹੜਾ ਨੁਕਸਾਨ ਉਹਨਾਂ ਨੇ ਅੰਦਰ ਜਾ ਕੇ ਕੌਰਨੀਆਂ 'ਤੇ ਪਹੁੰਚਾਉਣਾ ਉਹ ਨਹੀਂ ਹੋਏਗਾ, ਉਹ ਨੁਕਸਾਨ ਤੁਹਾਡਾ ਘੱਟ ਤੋਂ ਘੱਟ ਹੋਏਗਾ। ਜਦੋਂ ਤੁਹਾਡੇ ਹੁਣ ਤਾਂ ਐਨਕਾਂ ਵੀ ਬੜੀਆਂ ਅੱਛੀ ਅੱਛੀ ਕੁਆਲਿਟੀ ਦੀਆਂ ਆ ਗਈਆਂ ਨੇ, ਤੁਸੀਂ ਐਨਕ ਲਾਉਂਦੇ ਹੋ ਔਰ ਤੁਹਾਡੀਆਂ ਸਾਰੀਆਂ ਰੇਜ਼ ਉੱਥੋਂ ਰਿਫਲੈਕਟ ਹੋ ਕੇ ਵਾਪਸ ਚਲੀਆਂ ਜਾਂਦੀਆਂ ਨੇ। ਤੁਹਾਡਾ ਜਿਹੜਾ ਅੱਖ ਦਾ ਕਨਕੇਵ ਅਤੇ ਕਨਵੈਕਸ ਲੈਂਸ ਆ, ਜਿਹਦੇ ਵਿੱਚ ਇਸ ਤਰ੍ਹਾਂ ਜਾ ਕੇ ਲਾਈਟ ਅਤੇ ਇਸ ਤਰ੍ਹਾਂ ਵਾਪਸ ਜਾਂਦੀ ਹੈ, ਅਤੇ ਉਹ ਇੱਕ ਪਿਕਚਰ ਬਣਦੀ ਹੈ ਜਿਹੜਾ ਮੇਰੇ ਨਾਲ ਤੁਹਾਨੂੰ ਦੇਖਣ ਦੀ ਸਲਾਹੀਅਤ ਬਣਦੀ ਹੈ। ਉਹ ਡਿਸਟੈਂਸ ਨਹੀਂ ਤੁਹਾਡਾ ਖਰਾਬ ਹੋਣਾ ਚਾਹੀਦਾ, ਉਹ ਜਦੋਂ ਡਿਸਟੈਂਸ ਇੱਕ ਲੈਂਸ ਅੱਗੇ ਪਿੱਛੇ ਡਿਸਟੈਂਸ ਘੱਟ ਵੱਧ ਜਾਂਦਾ ਨਾ, ਉਦੋਂ ਕਮਜ਼ੋਰ ਜਾਂ ਤੁਹਾਡੀ ਨਰਵ ਕੋਈ ਪਿੰਚ ਹੋ ਜਾਂਦੀ ਹੈ, ਉਦੋਂ ਤੁਹਾਨੂੰ ਨਜ਼ਰ ਵੀਕ ਹੋਣਾ ਸ਼ੁਰੂ ਹੋ ਜਾਂਦਾ। ਬੱਚਿਆਂ ਨੂੰ ਨਿੱਕੀ ਉਮਰ 'ਚ ਐਨਕਾਂ ਲੱਗਣ ਦਾ ਕਾਰਨ ਉਹਨਾਂ ਦੀ ਫੂਡ ਜਾਂ ਬਾਈ ਬਰਥ ਕੋਈ ਇਸ਼ੂ ਆ, ਉਹਨਾਂ ਨੂੰ ਪ੍ਰੈਗਨੈਂਸੀ ਦਾ ਕੋਈ ਇਸ਼ੂ ਆ। ਅੱਜ ਤੋਂ ਕੀ 30-40 ਸਾਲ ਪਹਿਲਾਂ ਵੀ ਇੰਨੀਆਂ ਐਨਕਾਂ ਲੋਕ ਲਾਉਂਦੇ ਸੀ? ਇਹ ਫੂਡ ਦਾ ਹੀ ਰੌਲਾ ਜ਼ਿਆਦਾ, ਫੂਡ ਦਾ, ਕਿਉਂਕਿ ਉਹਨਾਂ ਦੀ ਮਾਂ ਦਾ ਵੀ ਉਹੀ ਵੀਕਨੈਸ ਹੈ ਨਾ ਅੰਦਰ, ਜਿਹੜੀ ਬੱਚੇ 'ਚ ਹੈਗੀ ਆ, ਮਾਂ ਜਾਂ ਬਾਪ ਦੇ ਸਪਰਮਸ 'ਚ ਜਾਂ ਉਹਦੇ ਐਗਸ 'ਚ ਜਾਂ ਉਹਦੇ ਪ੍ਰੈਗਨੈਂਸੀ ਦੇ ਦਰਮਿਆਨ 'ਚ ਕੋਈ ਵੀਕਨੈਸ ਸੀਗੀ। ਇੱਥੇ 90% ਔਰਤਾਂ ਦਾ ਤਾਂ ਆਇਰਨ ਲੋਅ ਹੈ, ਵਿਟਾਮਿਨ ਡੀ ਲੋਅ ਹੈ, ਵਿਟਾਮਿਨ ਏ ਲੋਅ ਹੈ, ਵਿਟਾਮਿਨ ਏ ਤਾਂ ਚੈੱਕ ਹੀ ਕੋਈ ਨਹੀਂ ਕਰਦਾ, ਜਿਹੜਾ ਅੱਖਾਂ ਦੇ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਉਹ ਲੋਅ ਹੈ ਇੱਥੇ ਸਾਰੇ ਲੋਕਾਂ ਦਾ। ਫਿਰ ਜਿਹੜਾ ਸਟ੍ਰੈਸ ਆਉਂਦਾ, ਗੁੱਸਾ ਆਉਂਦਾ, ਇਹ ਵਿਟਾਮਿਨ ਏ ਲੋਅ ਹੈ ਤੁਹਾਡਾ ਸਾਰਿਆਂ ਦਾ। ਨਿਆਸਿਨ ਕੋਈ ਨਹੀਂ ਚੈੱਕ ਕਰਦਾ, ਵਿਟਾਮਿਨ B1 ਕੋਈ ਨਹੀਂ ਚੈੱਕ ਕਰਦਾ, B3 ਕੋਈ ਨਹੀਂ ਚੈੱਕ ਕਰਦਾ, ਇੱਕ ਵਿਟਾਮਿਨ B12 ਦੇ ਅਤੇ D ਦੇ ਮਗਰ ਪਏ ਹੋਏ ਆ, ਉਹ ਵੀ ਕਦੀ ਕਦੀ ਚੈੱਕ ਕਰਦੇ ਹਾਂ ਜਦੋਂ ਕਿਤੇ ਸਾਨੂੰ ਦਰਦਾਂ ਆਉਣ ਲੱਗ ਜਾਂਦੀਆਂ। ਕੌਣ ਚੈੱਕ ਕਰਦਾ ਆਇਰਨ? ਆਇਰਨ ਇੱਥੇ ਜਿਹਨੂੰ ਵੀ ਪੁੱਛ ਲਓ, ਮੇਰਾ ਆਇਰਨ ਲੋਅ ਸੀਗਾ ਜੀ, ਪਰ ਮੈਂ ਮਹੀਨਾ ਕੁ ਖਾਧਾ ਸੀ ਅਤੇ ਹੁਣ ਠੀਕ ਹੋ ਗਿਆ। ਆਇਰਨ ਜੇ ਕਿਸੇ ਲੇਡੀ ਦਾ ਲੋਅ ਹੈ ਅਤੇ ਜਦੋਂ ਕਿਸੇ ਬੱਚੇ ਨੂੰ ਵਰਤੇ ਕਿ ਉਹਦੀ ਐਨਕਾਂ ਲੱਗਣ ਦੇ ਚਾਂਸ ਜ਼ਿਆਦਾ ਨੇ? ਜ਼ਿਆਦਾ ਨੇ। ਵਿਟਾਮਿਨ ਏ ਲੋਅ ਹੈ ਅਤੇ ਖਾਸ ਤੌਰ 'ਤੇ, ਓਕੇ, ਜਿੰਨੇ ਵਿਟਾਮਿਨਸ ਆ, ਹਰ ਵਿਟਾਮਿਨਸ ਦਾ ਇੱਕ ਫੰਕਸ਼ਨ ਆ, ਈ, ਏ, ਡੀ, ਆਇਰਨ, ਬੀ, ਬੀ ਦੇ ਜਿੰਨੇ ਕੰਪਲੈਕਸ ਨੇ, B1, 2, 3, 6, 12 ਜਿੰਨੇ ਕੰਪਲੈਕਸ ਨੇ ਬੀ ਦੇ, ਉਹ ਸਭ ਤੋਂ ਜ਼ਿਆਦਾ ਨੁਕਸਾਨ ਬੀ ਦੀ ਲੋਅ ਹੋਣਾ ਪਹੁੰਚਾਉਂਦਾ। ਅਤੇ ਔਰਤ ਜਦੋਂ ਪ੍ਰੈਗਨੈਂਟ ਹੁੰਦੀ ਹੈ, ਸਭ ਤੋਂ ਪਹਿਲਾਂ ਉਹਨੂੰ ਜਿਹੜੀ ਚੀਜ਼ ਖਾਣੀ ਚਾਹੀਦੀ ਉਹ ਖਜੂਰ ਖਾਣੀ ਚਾਹੀਦੀ ਹੈ, ਅਤੇ ਆਪਣੇ ਸਾਰੇ ਵਿਟਾਮਿਨ ਟੈਸਟ ਕਰਨੇ ਚਾਹੀਦੇ ਆ, ਇਨਕਲੂਡਿੰਗ ਮਿਨਰਲਸ, ਓਕੇ, ਆਇਰਨ ਸ਼ਾਇਰਨ ਸਾਰਾ ਕੁਛ ਚੈੱਕ ਕਰਨਾ ਚਾਹੀਦਾ। ਉਹਦੇ 'ਚੋਂ ਜਿਹੜਾ ਇੰਨਾ ਵੀ ਲੋਅ ਹੈ ਨਾ, ਕਿਉਂਕਿ ਉਹਨੇ ਹੋਰ ਲੋਅ ਹੋਣਾ, ਸਾਰੀ ਤਾਂ ਉਹਦੀ ਫੂਡ ਬੱਚੇ ਨੂੰ ਜਾਣੀ ਹੈ, ਇਸ ਲਈ ਉਹ ਖਜੂਰਾਂ
ਪਾਈਆ ਖਜੂਰਾਂ ਤੀਸਰੇ ਕੁ ਮਹੀਨੇ ਤੋਂ ਸ਼ੁਰੂ ਕਰ ਦੇ, ਅੱਧ ਪਾ ਤੋਂ ਸ਼ੁਰੂ ਕਰੇ, ਦੋ ਚਾਰ ਰੋਜ਼ ਦੀਆਂ ਇਨਕਰੀਜ਼ ਕਰਦੇ ਜਾਏ ਤਾਂ ਇੰਨੀਆਂ ਖਜੂਰਾਂ ਰੋਜ਼ ਖਾਇਆ ਕਰੇ ਉਹ, ਕਿਉਂਕਿ ਸਾਰੀਆਂ ਬੱਚੇ ਨੂੰ ਲੱਗ ਰਹੀਆਂ ਨੇ। ਉਹ ਬੱਚਾ ਇੰਨਾ ਸਟਰੋਂਗ ਹੋਏਗਾ ਜਿਹੜਾ ਮਾਂ ਖਜੂਰਾਂ ਖਾਂਦੀ ਹੋਏਗੀ। ਇਹ ਬਹੁਤ ਵੱਡਾ ਮਲਟੀਵਿਟਾਮਿਨ ਹੈ, ਅੱਛੀ ਕੁਆਲਿਟੀ ਦੀਆਂ ਖਜੂਰਾਂ, ਐਵੇਂ ਹੀ ਜਿਹੜੀਆਂ ਬਾਜ਼ਾਰ ਪਈਆਂ, ਇਹ ਨਹੀਂ ਲੋਅ ਲੈਵਲ ਦੀਆਂ ਲੋਅ ਗ੍ਰੇਡ ਦੀਆਂ ਖਜੂਰਾਂ, ਉਹ ਨਹੀਂ, ਜਿਹੜੀਆਂ ਟੋਪ ਕੁਆਲਿਟੀ ਦੀਆਂ ਖਜੂਰਾਂ ਨੇ ਉਹ ਲੈ ਕੇ ਖਾਣੀਆਂ ਸਾਊਦੀਆਂ ਦੀਆਂ ਜਿਹੜੀਆਂ ਨੇ। ਸਾਊਦੀ ਤੋਂ ਲੈ ਕੇ ਇੱਥੇ ਲੱਭ ਜਾਂਦੀਆਂ ਸਾਊਦੀਆਂ ਦੀਆਂ ਖਜੂਰ। ਉਸ ਤੋਂ ਬਾਅਦ ਤੁਸੀਂ ਆ ਜਾਓ ਅੱਖਾਂ ਦੀ ਬਿਨਾਈ ਵੱਲ, ਕਿ ਅੱਖਾਂ ਦੀ ਬਿਨਾਈ ਜਿਹੜੀ ਹੈ ਉਹ ਬਚਪਨ ਤੋਂ ਲੋਅ ਹੁੰਦੀ ਹੈ ਅਤੇ ਉਹਦਾ ਕੀ ਹੱਲ ਹੈ। ਅੱਖਾਂ ਦੀ ਦਵਾਈ ਦਾ ਹੱਲ ਇਹ ਹੈ ਕਿ ਮੇਰੇ ਅਫਸਰ ਸਨ, ਮੈਂ ਜਦੋਂ ਜੁਆਇਨ ਕੀਤਾ ਨਾ ਆਪਣੇ ਪਾਕਿਸਤਾਨ 'ਚ ਗਵਰਨਮੈਂਟ ਸਰਵਿਸਿਜ਼ ਨੂੰ, ਅਤੇ ਮੇਰੇ ਔਫਿਸਰ ਸੀ, ਉਹਨਾਂ ਨੇ ਮੈਨੂੰ ਘਰ ਖਾਣੇ 'ਤੇ ਬੁਲਾਇਆ। ਮੈਂ ਉਹਨਾਂ ਦੇ ਘਰ ਗਿਆ ਅਤੇ ਉਹਨਾਂ ਦੇ ਦੋ ਬੱਚੇ, ਇੱਕ ਅੱਡਕ ਅਤੇ ਇੱਕ ਅੱਡਕ, ਛੋਟੇ ਛੋਟੇ, ਐਡੀ ਐਡੀ ਮੋਟੀ ਐਨਕ ਲੱਗੀ ਹੋਈ। ਮੈਂ ਕਿਹਾ ਯਾਰ ਇਹਨਾਂ ਦੀ ਅੱਖ ਐਡੀ ਐਡੀ ਨਜ਼ਰ ਆ ਰਹੀ ਹੈ, ਇਹਦਾ ਮਤਲਬ ਇਹ ਐਨਕ ਦਾ ਨੰਬਰ ਬਹੁਤ ਵੱਡਾ। ਮੈਂ ਪੁੱਛਿਆ, ਮੈਂ ਕਿਹਾ ਜੀ ਐਨਕ ਕਿੰਨੇ ਕੁ ਨੰਬਰ ਦੀ ਹੈ? ਉਹ ਕਿਹਾ ਇਹਦੀ ਪਤਾ ਨਹੀਂ 6.5 ਆ ਅਤੇ ਇਹਦੀ 5.5 ਆ, ਅਤੇ ਛੋਟੇ ਛੋਟੇ ਬੱਚੇ, ਤੀਸਰੀ ਚੌਥੀ ਜਮਾਤ ਦੇ, ਦੂਸਰੀ ਤੀਸਰੀ। ਉਹਨਾਂ ਦੀ ਹੁਣ ਕਦੀ ਸਹੀ ਹੋਣਗੀ ਐਨਕ, ਮਤਲਬ ਨਿਗਾਹ ਸਹੀ ਹੋ ਸਕਦੀ ਉਹਨਾਂ ਦੀ? ਉਦੋਂ ਦੀ ਸਹੀ ਆ ਉਹਨਾਂ ਦੀ। ਅੱਛਾ, ਉਹਨਾਂ ਦਾ ਘਰ ਰੱਬ ਨੇ ਭੇਜਿਆ ਸੀਗਾ ਸਾਨੂੰ, ਅਤੇ ਫਿਰ ਕੁਛ ਤਾਂ ਹੋਣਾ ਸੀ। ਮੈਂ ਹੁਣ ਕਿਹਾ ਜੀ ਇਹਨਾਂ ਦੀ ਨਜ਼ਰ ਠੀਕ ਕਰਾ ਲਈਏ, ਉਹਨੇ ਕਰਾ ਦਿਓ। ਮੈਂ ਉਹ ਉਦੋਂ ਜਿਹੋ ਜਿਹਾ ਸਿਸਟਮ ਆਉਂਦਾ ਸੀ, ਉਹ ਸ਼ੁਰੂ ਸ਼ੁਰੂ ਦੀ ਗੱਲ ਆ, ਉਹ ਪਾ ਕੇ ਬੋਤਲਾਂ ਦੋ ਵੱਡੀਆਂ ਡੇਢ ਡੇਢ ਲੀਟਰ ਵਾਲੀਆਂ ਪਾਣੀ ਦੀਆਂ, ਉਹਦੇ ਵਿੱਚ ਦਵਾਈ ਪਾ ਕੇ ਉਹਨਾਂ ਨੂੰ ਬਣਾ ਕੇ ਦਿੱਤੀ। ਉਹਨੂੰ ਕਿਹਾ ਕਿ ਇਹਨੂੰ ਥੋੜ੍ਹੀ ਥੋੜ੍ਹੀ ਰੋਜ਼ ਪਿਆਉਂਦੇ ਰਹੋ, ਸੁਬਹ ਦੁਪਹਿਰ ਸ਼ਾਮ ਜਦੋਂ ਸਕੂਲੋਂ ਆਵੇ ਇੰਨੀ ਕੁ ਪਿਲਾਤੀ ਦੋਵਾਂ ਨੂੰ ਦੇਤੀ। ਉਹ ਨਾ ਮੈਂ ਕੋਈ ਮੈਂ ਖਾਲ 2 ਜਾਂ 3 ਮਹੀਨੇ ਬਾਅਦ ਉਹਨਾਂ ਦੇ ਘਰ ਦੁਬਾਰਾ ਫਿਰ ਖਾਣੇ 'ਤੇ ਉਹਨਾਂ ਨੇ ਮੈਨੂੰ ਬੁਲਾਇਆ। ਮੈਂ ਗਿਆ ਅਤੇ ਉਹਨਾਂ ਨੂੰ ਵੀ ਭੁੱਲ ਗਿਆ, ਉਹ ਦਵਾਈ ਉਹਨਾਂ ਦੀ ਖਤਮ ਹੋ ਗਈ ਸੀ ਕਿਤੇ ਮਹੀਨੇ ਕੁ ਤੋਂ, ਅਤੇ ਉਹਨਾਂ ਨੂੰ ਵੀ ਯਾਦ ਨਹੀਂ ਰਿਹਾ ਮੈਨੂੰ ਕਹਿਣਾ, ਬਿਜ਼ੀ ਬੰਦੇ ਸੀਗੇ ਉਹ ਵੀ ਕਾਫੀ, ਅਤੇ ਮੈਨੂੰ ਵੀ ਯਾਦ ਨਹੀਂ ਰਿਹਾ ਪੁੱਛਣਾ। ਉਹ ਘਰ ਖਾਣੇ 'ਤੇ ਗਿਆ ਅਤੇ ਉਹ ਬੱਚੇ ਦੋਵੇਂ ਬਗੈਰ ਐਨਕ ਤੋਂ ਫਿਰੀ ਜਾਣ। ਮੈਂ ਕਿਹਾ ਜੀ ਇਹਨਾਂ ਦੀ ਨਜ਼ਰ ਠੀਕ ਹੋ ਗਈ? ਉਹਨੇ ਕਿਹਾ ਇਹ ਤਾਂ ਮੈਂ ਧਿਆਨ ਹੀ ਨਹੀਂ ਕੀਤਾ, ਤੂੰ ਤੇਰੀ ਐਨਕ ਕਿੱਥੇ ਆ? ਉਹ ਬੱਚਾ ਆਇਆ, ਆ ਕੇ ਉਹਨੇ ਦੱਸਿਆ, ਉਹਨੇ ਕਿਹਾ ਜੀ ਉਹ ਮੇਰੇ ਚਪੇੜ ਮਾਰੀ ਸੀ ਮੈਡਮ ਨੇ ਮੇਰੀ ਨੇ, ਅਤੇ ਮੇਰੀ ਉਦਣ ਦੀ ਐਨਕ ਟੁੱਟ ਗਈ ਅਤੇ ਮੈਂ ਤੁਹਾਨੂੰ ਕਿਹਾ ਨਹੀਂ। ਉਹ ਕਹਿੰਦੇ ਯਾਰ ਇਹ ਤਾਂ ਮੈਂ ਨੋਟ ਹੀ ਨਹੀਂ ਕੀਤਾ, ਇਹ ਬਗੈਰ ਐਨਕ ਤੋਂ ਟੀ ਵੀ ਵੇਖੀ ਜਾ ਰਿਹਾ, ਇਹ ਦੋਵੇਂ ਬੈਠੇ ਕਈ ਦਿਨਾਂ ਤੋਂ, ਮੈਂ ਤਾਂ ਇਹਦੇ ਗੌਰ ਹੀ ਨਹੀਂ ਕੀਤਾ ਇਸ ਗੱਲ ਤੋਂ, ਇਹਨਾਂ ਨੇ ਐਨਕ ਨਹੀਂ ਲਾਈ ਹੋਈ ਅਤੇ ਟੀ ਵੀ ਵੇਖ ਰਹੇ ਆ ਦੂਰੋਂ, ਇਹਨਾਂ ਨੂੰ ਸਹੀ ਨਜ਼ਰ ਆ ਰਿਹਾ। ਉਹਨੇ ਸਵੇਰੇ ਹੀ ਜਾ ਕੇ ਚੈੱਕ ਕਰੀ, ਦੋਵਾਂ ਬੱਚਿਆਂ ਦੀ ਐਨਕ 6x6 ਨਜ਼ਰ। ਕੀ ਕੋਲ ਗਏ ਪਿਆ ਤਾਂ? ਦਵਾਈਆਂ ਹੋਮਿਓਪੈਥਿਕ ਦੀਆਂ, ਬਹੁਤ ਆਲਾ ਦਵਾਈਆਂ ਹੋਮਿਓਪੈਥਿਕ 'ਚ, ਇੰਨੀਆਂ ਟੋਪ ਕਲਾਸ ਦਵਾਈਆਂ, ਤੁਸੀਂ ਗਿਣਨਾ ਸ਼ੁਰੂ ਕਰੋ, ਬੇਸ਼ੁਮਾਰ ਦਵਾਈਆਂ ਨੇ, ਫਾਰਮੂਲਾਜ਼ ਨੇ। ਉਹ ਉਹਨਾਂ ਨੂੰ ਦਿੱਤਾ ਇਲੈਕਟਰੋ ਹੋਮਿਓਪੈਥੀ ਦਾ ਇੱਕ ਫਾਰਮੂਲਾ ਦਿੱਤਾ ਸੀ ਉਹਨਾਂ ਨੂੰ, ਇਹ ਨਜ਼ਰ ਠੀਕ ਕਰ ਦੇਣੀਆਂ। ਫਿਰ ਇਹ ਵੀ ਫਾਰਮੂਲਾ ਵੀ ਮੈਂ ਦੱਸ ਦਿੰਦਾ ਤੁਹਾਨੂੰ, ਫਿਰ ਜਿਹੜੀ ਘਰ 'ਚ ਤੁਸੀਂ ਆਪਣੇ ਕਿਚਨ 'ਚ ਇਲਾਜ ਕਰ ਸਕਦੇ ਹੋ, ਕਦੇ ਵੀ ਸੌਂਫ ਜਿਹੜੀ ਹੈ ਉਹ ਛਿਲਕੇ ਸਮੇਤ ਨਹੀਂ ਖਾਣੀ। ਅੱਛਾ, ਕਬਜ਼ ਕਰਦੀ ਆ। ਸੌਂਫ ਦੇ ਉੱਪਰ ਇੱਕ ਛਿਲਕਾ ਹੁੰਦਾ, ਉਹਦੇ ਅੰਦਰ ਇੱਕ ਉਹਦਾ ਬੀਜ ਹੁੰਦਾ, ਜਿਹੜਾ ਬੀਜ ਆ ਉਹ ਅਸਲ ਸੌਂਫ ਆ। ਅੱਛਾ, ਸੌਂਫ ਕਬਜ਼ ਕਰਦੀ, ਉਹਦਾ ਛਿਲਕਾ ਕਬਜ਼ ਕਰਦਾ। ਓਕੇ, ਹੁਣ ਇਹਨੂੰ ਲਾਹਣ ਦਾ ਤਰੀਕਾ, ਔਰਤਾਂ ਨੂੰ ਪੁਰਾਣੀਆਂ ਨੂੰ ਆਪਣੇ ਨੂੰ ਪਤਾ, ਹਲਕਾ ਹਲਕਾ ਕੁੱਟ ਲੈਂਦੇ ਉਹ ਕੁੰਡੀ 'ਚ, ਅਤੇ ਉਹਨੂੰ ਛਾਣ ਲੈਂਦੇ ਅਤੇ ਉਹ ਛਿਲਕਾ ਉੱਪਰ ਰਹਿ ਜਾਂਦਾ ਅਤੇ ਉਹ ਬੀਜ ਨੀਚੇ ਨਿਕਲ ਜਾਂਦਾ, ਫਿਰ ਉਹਨੂੰ ਇਸਤੇਮਾਲ ਕਰਦੇ ਆ। ਸੋ ਛਿਲਕੇ ਤੋਂ ਬਿਨਾਂ ਕੁੱਟ ਕੇ ਛਾਨਣਾ ਲਾ ਕੇ ਫਿਰ ਕੀ ਕਰਨਾ? ਕਿ ਉਹਦਾ ਸੌਂਫ ਉਸ ਤਰ੍ਹਾਂ ਹੀ ਖਾ ਲਓ, ਉਹਨੂੰ ਪੰਜੀਰੀ ਬਣਾ ਲਓ ਉਹਦੀ, ਉਹਨੂੰ ਕਿਸੇ ਸ਼ਹਿਜ ਪਾ ਲਓ, ਇੱਕ ਚਮਚਾ ਵੈਸੇ ਰੋਜ਼ ਖਾ ਲਿਆ ਕਰੋ। ਅੱਛਾ, ਉਹਦੀ ਦੇਸੀ ਘਿਓ ਨਾਲ ਉਹਦੀ ਪਿੰਨੀਆਂ ਬਣਾ ਲਓ, ਕੁਛ ਬਣਾ ਲਓ, ਕੁਛ ਬਣਾ ਲਓ, ਕਿਸੇ ਸ਼ਹਿਜ ਪਾ ਲਓ। ਫਿਰ ਜਿਹੜਾ ਮੈਂ ਤੁਹਾਨੂੰ ਸੌਂਫ ਸੌਂਫ ਅਤੇ ਮਿਸ਼ਰੀ, ਇਹ ਇਕੱਠੇ ਅੱਖਾਂ ਵਾਸਤੇ ਵਧੀਆ। ਮਿਸ਼ਰੀ ਤਾਂ ਚੀਨੀ ਹੈ ਨਾ ਯਾਰ, ਉਹਦੇ ਤੋਂ ਸਾਰੀ ਮਿਸਰੀ ਬਣਾਉਂਦੇ, ਹੁਣ ਕਿੱਥੇ ਮਿਸਰੀ ਰਹਿ ਗਈ। ਮੈਂ ਤੁਹਾਨੂੰ ਸੌਂਫ ਦਾ ਇੱਕ ਸੌਖਾ ਫਾਰਮੂਲਾ ਦੱਸਣ ਲੱਗਾ ਸੀ, ਜਿਹੜੀ ਵਜ੍ਹਾ ਤੋਂ ਸੌਂਫ ਦਾ ਜ਼ਿਕਰ ਆਇਆ।
ਸੌਂਫ ਦਾ ਸਭ ਤੋਂ ਆਸਾਨ ਫਾਰਮੂਲਾ ਹੈ ਕਿ ਸੌਂਫ ਦੇ ਬੀਜ ਲਵੋ, ਉਹਨੂੰ ਇੱਕ ਗਮਲੇ 'ਚ ਲਾ ਦਿਓ, ਦੋ ਤਿੰਨ ਚਾਰ ਗਮਲਿਆਂ 'ਚ ਲਾ ਦਿਓ ਸੌਂਫ ਦੇ ਬੀਜ, ਉਹ ਬੂਟੇ ਨਿਕਲਣਗੇ, ਉਹਦੇ ਉੱਪਰ ਛੋਟੇ ਛੋਟੇ ਉਹ ਇਸ ਤਰ੍ਹਾਂ ਕਰਕੇ ਫੁੱਲ ਬਣਦਾ ਸੌਂਫ ਦੇ ਬੀਜ ਦਾ, ਛੋਟੇ ਛੋਟੇ ਬੀਜ ਲੱਗਣੇ ਸ਼ੁਰੂ ਹੋ ਜਾਣਗੇ। ਕੱਚੇ ਸੌਂਫ ਦੇ 11 ਦਾਣੇ ਰੋਜ਼ ਤੋੜ ਕੇ ਖਾ ਲਿਆ ਕਰੋ, ਸੁਬਹ ਸੁਬਹ ਉੱਠ ਕੇ ਜਦੋਂ ਉੱਠੋ, 11 ਕੱਚੀ ਸੌਂਫ 11 ਹੀ ਖਾਣੇ, 11 ਹੀ ਖਾਣੇ, 11 ਹੀ ਬਹੁਤ ਆ, ਬਹੁਤੇ ਖਾਣ ਦੀ ਜ਼ਰੂਰਤ, 10 ਤੇ ਨਹੀਂ ਅਸਰ ਹੋਣਾ, ਹੋ ਵੀ ਸਕਦਾ। ਤੁਸੀਂ 11 ਦਾਣੇ ਅੰਦਾਜ਼ੇ ਨਾਲ ਉਹਦੇ ਤੋੜੇ, ਜਿਹੜੇ ਹਲੇ ਨਾ ਬਿਲਕੁਲ ਪੱਕੇ ਹੋਣ ਅਤੇ ਨਾ ਬਿਲਕੁਲ ਛੋਟੇ ਹੋਣ, ਨੋਰਮਲ ਜਿਹੜੇ ਵੱਧਦਾ ਜਾਏ ਉਹਨੂੰ ਤੋੜ ਤੋੜ ਕੇ ਅਤੇ ਗਿਣ ਕੇ ਜਾਓ ਅਤੇ ਬਸ ਇੱਦਾਂ ਸੁੱਟੋ ਅਤੇ ਖਾ ਜਾਓ, ਸਿੱਧਾ ਪੱਕਾ ਹੀ ਮਾਰਨਾ, ਪੱਕਾ ਮਾਰ ਜਾਓ। ਇਹ ਜਿੰਨੇ ਬੱਚੇ ਆਪਣੇ ਉਹਨਾਂ ਨੂੰ ਖਵਾਉਣੇ ਸ਼ੁਰੂ ਕਰੋ, ਵੱਡੇ ਵੀ ਖਾਣ। ਜਿਹਦੀ ਨਿਗਾਹ ਕਮਜ਼ੋਰ ਹੈ ਕਿ ਸਾਰਿਆਂ ਨੂੰ, ਸਾਰਿਆਂ, ਜਿਹਦੀ ਕਮਜ਼ੋਰ ਉਹਦੀ ਤਾਂ ਖਾਏ ਖਾਏ, ਜਿਹਦੀ ਨਹੀਂ ਕਮਜ਼ੋਰ ਉਹਦੀ ਤਾਂ ਹੋਣੀ ਹੈ ਨਾ ਕਮਜ਼ੋਰ। ਇਹ ਜਿਹੜੇ ਮੋਬਾਈਲ ਹੈ ਇਹਨਾਂ ਨੇ ਕਰਨੀ ਕਰਨੀ, ਕਮਜ਼ੋਰ ਕਰਨੀ ਹੀ ਕਰਨੀ ਆ। ਅਤੇ ਉਹ ਜਿਹੜੀ ਸੌਂਫ ਹੈ ਉਹ 11 ਦਾਣੇ, ਉਹ ਤੁਹਾਨੂੰ ਆਪਣਾ ਅਸਰ ਦੱਸੇਗੀ, ਲੇਕਿਨ ਦੱਸੇਗੀ ਕਈ ਮਹੀਨਿਆਂ 'ਚ, ਦੱਸੇਗੀ ਜ਼ਰੂਰ, ਉਹ ਨਜ਼ਰ ਤੁਹਾਡੀ ਤੇਜ਼ ਹੋਣਾ ਸ਼ੁਰੂ ਹੋ ਜਾਏਗੀ। ਇੰਨਾ ਸੌਖਾ ਫਾਰਮੂਲਾ ਇਹ ਕਿਸੇ ਨੇ ਕਦੀ ਤੁਹਾਨੂੰ ਦੱਸਿਆ ਹੀ ਨਹੀਂ ਹੋਣਾ। ਇੱਕ ਗੱਲ, ਜਦੋਂ ਗਰਮੀਆਂ ਆਉਂਦੀਆਂ ਆਪਣੇ, ਸਰਦੀਆਂ ਆਉਂਦੀਆਂ, ਮੈਂ ਕਿਹਾ ਸਰਦੀਆਂ 'ਚ ਗਾਜਰਾਂ ਆਉਂਦੀਆਂ, ਕਿੱਧਰ ਆਉਂਦੀਆਂ? ਭੁੱਲ ਗਿਆ, ਨਹੀਂ ਗਰਮੀਆਂ 'ਚ ਹੁੰਦੀਆਂ ਉੱਥੇ। ਕਿੱਥੇ? ਪਾਕਿਸਤਾਨ 'ਚ ਗਰਮੀਆਂ 'ਚ ਹੁੰਦੀਆਂ ਗਾਜਰਾਂ। ਅੱਛਾ, ਗਾਜਰਾਂ ਗਰਮੀਆਂ 'ਚ ਹੁੰਦੀਆਂ, ਸਿਆਲਾਂ ਦੀ ਹੁੰਦੀ ਵੈਸੇ ਆਲੂ ਗਾਜਰ ਸਬਜ਼ੀ? ਨਹੀਂ ਨਹੀਂ ਗਰਮੀਆਂ 'ਚ ਵੀ ਹੁੰਦੀਆਂ, ਮੈਨੂੰ ਇਸ ਤੋਂ ਯਾਦ ਹੈ ਕਿ ਇੱਥੇ ਕੈਨੇਡਾ ਅਮਰੀਕਾ ਦੇ 12 ਮਹੀਨੇ ਰਹਿੰਦੀਆਂ, ਇੱਥੇ ਤਾਂ ਹਰ ਸ਼ਾਇ ਕੇਲੇ ਵੀ 12 ਮਹੀਨੇ ਰਹਿੰਦੇ, ਇੱਥੇ ਮੈਂਗੋ ਵੀ 12 ਮਹੀਨੇ ਮਿਲਦੇ, ਕਰਨਾ ਕੀ ਗਾਜਰਾਂ ਦਾ? ਚਲੋ ਕੋਈ ਗੱਲ ਨਹੀਂ, ਦੱਸੋ ਆਪਾਂ ਪ੍ਰਬੰਧ ਕਰ ਲਾਂਗੇ ਗਾਜਰਾਂ ਦਾ, ਤੁਸੀਂ ਹਾਲ ਦੱਸੋ। ਗਾਜਰਾਂ ਨੂੰ ਵੇਖਦੇ ਰਹਿਣਾ, ਗਾਜਰਾਂ 'ਚ ਬੇਸ਼ੁਮਾਰ ਵਿਟਾਮਿਨ ਏ ਹੁੰਦਾ ਹੈ। ਅੱਛਾ, ਬੇਸ਼ੁਮਾਰ, ਅੱਖਾਂ ਲਈ ਅਤੇ ਵਾਲਾਂ ਲਈ ਬਹੁਤ ਚੰਗਾ। ਅੱਛਾ, ਵਾਲ ਰੋਜ਼ ਡਿੱਗਦੇ 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 ਕਰਦੇ ਰਹਿੰਦੇ ਆਪਾਂ, ਵਾਲ ਡਿੱਗੇ ਵਾਲ ਡਿੱਗੇ ਵਾਲ ਡਿੱਗੇ, ਵਾਲ ਡਿੱਗਣੋਂ ਬੰਦ ਹੋ ਜਾਂਦੇ ਗਾਜਰਾਂ ਖਾਣ ਵਾਲੇ ਦੇ। ਹੁਣ ਗਾਜਰਾਂ ਨੂੰ ਕਰਨਾ ਕੀ ਹੈ, ਬੋਰੀਆਂ ਸਟਾ ਲਓ ਘਰ ਗਾਜਰਾਂ ਦੀਆਂ, ਟਰੱਕਾਂ ਦੇ ਟਰੱਕ ਮੰਗਾ ਲਓ ਗਾਜਰਾਂ ਨੇ, ਗਾਜਰਾਂ ਨਹੀਂ ਮੁੱਕਣੀਆਂ ਚਾਹੀਦੀਆਂ ਤੁਹਾਡੇ ਘਰ 'ਚ, ਗਲ ਜਾਣ ਗਾਜਰਾਂ ਦੇ, ਫਿਰ ਮੁੜ ਕੇ ਡਾਕਟਰ ਸਾਹਿਬ ਲੱਭਦੇ ਰਹੇ, ਖਾਈ ਜਾਓ ਨਾ। ਇੱਕ ਗਾਜਰ ਰੋਜ਼ ਖਾਣਾ, ਸਿਰ ਤੇ ਵੱਲ ਲਿਆਓ, ਤਾਂ ਖਾਣਾ ਨਹੀਂ ਉਹਨੂੰ, ਉਹਦਾ ਜਿਹੜਾ ਉਹ ਗਾਜਰ ਦਾ ਜੂਸ ਕੱਢਣ ਵਾਲਾ ਨਹੀਂ ਹੁੰਦਾ, ਉੱਪਰ ਗਾਜਰ ਸੁੱਟੀ ਤੇ ਉੱਪਰੋਂ ਦਬਾ ਦਿੱਤਾ ਉਹਨੂੰ, ਤੇ ਨੀਚੇ ਉਹ ਇੱਕ ਸਾਈਡ ਤੋਂ ਉਹਦਾ ਨਿਕਲ ਫੋਕੜ ਨਿਕਲ ਜਾਂਦਾ, ਇੱਕ ਸਾਈਡ ਤੇ ਜੂਸ ਆ ਜਾਂਦਾ ਜੂਸਰ ਦੇ ਵਿੱਚ। ਉਹ ਵਾਲਾ ਜੂਸ ਤੁਸੀਂ ਰੋਜ਼ਾਨਾ ਇੱਕ ਗਲਾਸ ਪੀ ਸੁਬਹਾ ਉੱਠ ਕੇ ਪੀ ਲਿਆ, ਜਦੋਂ ਸੌਂਫ ਖਾ ਲਈ ਉਸ ਤੋਂ ਬਾਅਦ ਕਿਤੇ ਜਦੋਂ ਦਿਲ ਕੀਤਾ। ਪੰਜਾਬ 'ਚ ਬਹੁਤ ਛਕਦੇ ਗਾਜਰ ਦਾ ਜੂਸ, ਇੱਦਾਂ ਕਰਕੇ ਤੇ ਪੰਜਾਬ ਦੇ ਲੋਕ ਹੈਲਦੀ ਜਿਹੜੇ ਹੈ ਨਾ, ਮੇਰੇ ਤੁਹਾਡੇ ਵਰਗੇ ਤਾਂ ਨਹੀਂ ਰਹਿ ਗਏ, ਉਹ ਤਾਂ ਜਾਣ ਆਉਣਾ ਚਾਹੀਦਾ। ਅਸੀਂ ਕਿਹੜੇ ਹਿਮਾਚਲ ਤੋਂ, ਅਸੀਂ ਵੀ ਪੰਜਾਬ ਤੋਂ ਹੀ ਹਾਂ। ਤੁਸੀਂ ਉੱਥੋਂ ਸੀਗੇ ਉਦੋਂ ਜਦੋਂ ਉੱਥੇ ਸੀਗੇ, ਹੁਣ ਇੱਥੇ ਹੁਣ ਤੁਸੀਂ ਕੈਨੇਡੀਅਨ, ਰਹਿਣਾ ਅਸੀਂ ਉੱਥੋਂ ਦੇ ਹੀ ਹੈ, ਜਿੱਥੇ ਮਰਜ਼ੀ ਲੈ ਜਾਓ ਤੁਸੀਂ ਨਾਲ। ਰਹਿਣਾ ਨਾ, ਤੁਹਾਡੇ ਕੋਲ ਅਵੇਲੇਬਿਲਟੀ ਤਾਂ ਨਹੀਂ ਨਾ ਹੈਗੀ ਚੀਜ਼ਾਂ ਦੀ, ਹੈਗੀ ਉਹ ਲਾਲ ਰੰਗ ਦੀਆਂ ਗਾਜਰਾਂ ਖਾਂਦੇ ਹੋ ਤੁਸੀਂ, ਖੱਟੀਆਂ ਗਾਜਰਾਂ, ਉਹ ਲਾਲ ਗਾਜਰਾਂ ਸੀ। ਅੱਛਾ, ਖੈਰ, ਉਹ ਤੁਸੀਂ ਗਾਜਰਾਂ ਦਾ ਜੂਸ ਦਾ ਗਲਾਸ ਇੱਕ ਜਾਂ ਦੋ ਐਵਰੀ ਡੇ ਪੀਣਾ ਸ਼ੁਰੂ ਕਰ ਦਿਓ, ਤੁਸੀਂ ਤੁਹਾਨੂੰ ਰਿਜ਼ਲਟ ਨਜ਼ਰ ਆਏਗਾ ਗਾਜਰਾਂ ਦਾ। ਵਿੱਚ ਕੁਛ ਕਦੀਆਂ ਗਾਜਰਾਂ ਦਾ ਪੀਣਾ, ਕਈ ਕਾਲਾ ਨਮਕ ਚੁਟਕੀ ਇੱਕ ਪਾ ਲਓ, ਸੰਤਰਾ ਕੋਈ ਪਾ ਲਓ, ਫਿਰ ਖੱਟਾ ਮਰਦ ਲਈ ਚੰਗਾ ਨਹੀਂ ਨਾ ਹੁੰਦਾ। ਓਏ ਹੋਏ, ਸੇਵ ਜ਼ਰੂਰ ਪਾਉਣਾ, ਸੇਬ ਜੇ ਥੋੜਾ ਮਿੱਠਾ, ਇਹਦਾ ਟੇਸਟ ਹੀ ਇੰਨਾ ਮਜ਼ੇਦਾਰ ਹੁੰਦਾ, ਇਕੱਲੀ ਗਾਜਰ ਦਾ ਕਾਲਾ ਲੂਣ ਪਾਇਆ ਜਾ ਸਕਦਾ ਨਾ, ਹਾਂ ਹਲਕਾ ਜਿਹਾ, ਸੇਬ ਤੁਸੀਂ ਪਾ ਸਕਦੇ ਹੋ, ਇੰਨਾ ਕੁ ਤੁਸੀਂ ਅਦਰਕ ਵੀ ਪਾ ਸਕਦੇ ਹੋ, ਕੁਆਟਰ ਇੰਚ ਛੋਟਾ ਜਿਹਾ ਬਿਲਕੁਲ ਪੀਸ, ਸੇਬ ਵੀ ਪਾ ਸਕਦੇ ਹੋ, ਆਇਰਨ ਹੋਏਗਾ ਉਹਦੇ 'ਚ, ਉਹ ਕੋਈ ਬੁਰੀ ਬਾਤ ਨਹੀਂ। ਲੇਕਿਨ ਅਗਰ ਖਾਲੀ ਗਾਜਰਾਂ ਦਾ ਜੂਸ ਵੀ ਤੁਸੀਂ ਪੀ ਲਓ, ਸੁਦਾ ਹੀ ਉਹ ਤਾਂ ਸਮੂਦੀ ਬਣ ਗਈ ਨਾ, ਫਿਰ ਸੇਬ ਪਾ ਲਓ, ਫਿਰ ਮੈਂ ਪੂਰਾ ਸਮੂਦੀ ਦਾ ਫਰਕ ਆਪਾਂ ਇੱਧਰ ਹੀ ਰਹੀਏ। ਗਾਜਰਾਂ ਹਾਂ, ਚਾਰ ਪੰਜ, ਇੱਕ ਸੇਬ,
ਚਾਰ ਪੰਜ ਪੁਦੀਨੇ ਦੇ ਪੱਤੇ, ਅਦਰਕ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਅਦਰਕ, ਤਿੰਨ ਕਾਲੀਆਂ ਮਿਰਚਾਂ, ਤਿੰਨ ਲੌਂਗ। ਅੱਛਾ, ਅਤੇ ਇਹਨੂੰ ਇਹਦੇ 'ਚ ਇੰਨੀ ਕੁ ਅਗਰ ਕੁਆਟਰ ਕੁ ਬੀਟਰੂਟ ਉਹ ਵੀ ਕੱਟ ਕੇ ਪਾ ਲਓ, ਚਕੰਦਰ। ਅਤੇ ਇਹ ਐਡੀ ਜ਼ਬਰਦਸਤ ਮਜ਼ੇਦਾਰ ਸਮੂਦੀ ਬਣ ਗਈ ਤੁਹਾਡੀ ਨਜ਼ਰ ਦੀ ਸਮੂਦੀ। ਛਕੋ ਅਤੇ ਛਕਾਓ, ਇਹ ਤਾਂ ਤੁਹਾਨੂੰ ਪਤਾ ਹੋਣਾ, ਦੋ ਗਲਾਸ ਪੀਓ, ਇੱਕ ਗਲਾਸ ਪੀਓ, ਜਿੰਨੇ ਗਲਾਸ ਬਣ ਜਾਣ ਸਾਰੇ ਘਰ ਵਾਲਿਆਂ 'ਚ ਵੰਡੋ। ਐਡੀ ਕੰਮ ਦੀ ਚੀਜ਼ ਹੈ ਇਹ ਸਮੂਦੀ, ਨਜ਼ਰ ਦੀ ਸਮੂਦੀ ਹੈ। ਇਹ ਪੀਣ ਵਾਲੇ ਦੀ ਨਜ਼ਰ ਨਹੀਂ ਵੀਕ ਹੁੰਦੀ ਕਦੇ, ਇਹ ਪੀ ਕੇ ਦੇਖ ਲਓ, ਸ਼ੁਰੂ ਕਰ ਦਿਓ ਇਹਨੂੰ ਅੱਜ ਤੋਂ ਹੀ। ਜਦੋਂ ਬਣ ਜੇ ਜੂਸ, ਉੱਤੇ ਥੋੜ੍ਹੇ ਦਾਣੇ ਸੌਂਫ ਦੇ ਪਾ ਲਓ, ਜਿਹੜੀ ਉਹ ਜਿਹੜੀ ਜਿਹਦੇ 'ਚੋਂ ਉੱਤੋਂ ਕਵਰ ਲਾ ਕੇ ਕਵਰ ਮਾਰਾ, ਤੁਹਾਡੇ ਸੌਂਫ ਦੇ ਪਾ ਲਓ, ਜੋ ਮਰਜ਼ੀ ਪਾ ਲਓ, ਉੱਤੇ ਉਹਦੀਆਂ ਟੋਪਿੰਗਸ ਐਡ ਹੋ ਜਾਣਗੀਆਂ, ਟੋਪਿੰਗਸ ਹੋ ਗਈਆਂ। ਇਹ ਗਾਜਰਾਂ ਦੀ ਸਮੂਦੀ ਹੈ ਨਜ਼ਰ ਦੀ, ਇਕੱਲੀਆਂ ਗਾਜਰਾਂ ਦਾ ਜੂਸ ਵੀ ਨਜ਼ਰ ਦਾ ਜੂਸ ਹੈ। ਇਹਨੂੰ ਛੱਡੋ ਨਾ, ਇਹਨੂੰ ਪੀਂਦੇ ਰਹੋ ਜਦੋਂ ਤੱਕ ਪੀ ਸਕਦੇ ਹਾਂ ਆਪਾਂ। ਕਿੰਨੇ ਫਾਰਮੂਲੇ ਹੋ ਗਏ? ਦੋ। ਤੀਸਰਾ ਫਾਰਮੂਲਾ ਆ ਜਾਓ ਹੁਣ ਨਜ਼ਰ ਨੂੰ ਤੇਜ਼ ਕਰਨ ਦਾ। ਤੁਸੀਂ ਕਦੇ ਧਨੀਆ, ਸੁੱਕਾ ਧਨੀਆ ਦੇਖਿਆ? ਕਿਉਂ ਨਹੀਂ ਦੇਖਿਆ, ਗੋਲ ਗੋਲ ਹੁੰਦਾ। ਹਾਂਜੀ, ਆਪਾਂ ਉਹੀ ਬੀਜ ਦੇ ਤੌਰ 'ਤੇ ਲਾਉਂਦੇ ਅਤੇ ਫਿਰ ਧਨੀਆ ਹੋ ਜਾਂਦਾ, ਫਿਰ ਕੱਟ ਕੱਟ ਕੇ ਉਹਨੂੰ ਸਬਜ਼ੀ 'ਚ ਪਾਉਂਦੇ ਹਾਂ, ਆਪਾਂ ਤਾਂ ਖੁਸ਼ਬੂ ਹੀ ਪਾਉਂਦੇ ਹਾਂ ਨਾ। ਐਕਚੁਲੀ ਉਹ ਜਿਹੜੇ ਬੀਜ ਆ ਉਹ ਬੜੇ ਕਮਾਲ ਦੇ ਆ ਧਨੀਏ ਦੇ। ਹਾਂ, ਧਨੀਏ ਦੇ ਬੀਜ, ਲੇਕਿਨ ਠੰਡਾ ਵੀ ਕਰ ਦਿੰਦੇ ਨੇ, ਇਹ ਵੀ ਧਿਆਨ ਰੱਖਣਾ। ਧਨੀਏ ਦੇ ਬੀਜ, ਥੋੜ੍ਹਾ ਜਿਹਾ ਅਦਰਕ, ਸੁੰਡ ਕਹਿ ਲਓ, ਅੱਛਾ ਸੁੰਡ, ਸੁੱਕਾ ਸੁੰਡ। ਤੀਸਰਾ, ਚਾਰੋ ਮਗਜ਼, ਬਦਾਮ ਅਤੇ ਕੂਜਾ ਮਿਸ਼ਰੀ, ਅਸਲੀ ਕੂਜਾ ਮਿਸ਼ਰੀ, ਚੀਨੀ ਵਾਲੀ ਨਹੀਂ, ਕਿਹੜੇ ਕਿਹੜੇ ਦੱਸੇ? ਧਨੀਏ ਦੇ ਬੀਜ, ਸੁੰਡ ਇਕੁਅਲ ਕੁਆਂਟਿਟੀ 'ਚ ਲੈ ਲਓ, ਸੁੰਡ ਥੋੜ੍ਹੀ ਘੱਟ ਲੈ ਲਓ, ਜਿਵੇਂ ਪਾਓ ਪਾਓ ਲਈਆਂ ਬਾਕੀ ਚੀਜ਼ਾਂ 'ਤੇ ਸੁੰਡ ਇੱਕ ਚਟਾਂਗ ਲੈ ਲਓ, ਚਾਰ ਚਟਾਂਗ ਦਾ ਪਾਓ ਹੁੰਦਾ ਨਾ, ਹਾਂਜੀ, ਅਤੇ ਇੱਕ ਚਟਾਂਗ ਜਾਂ ਦੋ ਚਟਾਂਗ ਸੁੰਡ ਲੈ ਲਓ, ਕਿਉਂਕਿ ਕੌੜਾ ਕਰ ਦੇਣਾ, ਉਹ ਥੋੜ੍ਹੀ ਲੈ ਲਓ। ਕੂਜ਼ਾ ਮਿਸਰੀ, ਚਾਰੋ ਮਗਜ਼, ਅਤੇ ਪੰਜਵੀਂ ਕਿਹੜੀ ਚੀਜ਼ਾਂ ਸੀ? ਮਿਸਰੀ, ਉਹ ਜਿਹੜੀ ਦੂਜੀ, ਕੂਜ਼ਾ ਮਿਸਰੀ। ਇਹਨਾਂ ਚੀਜ਼ਾਂ ਨੂੰ ਬਰੀਕ ਕਰ ਲਓ, ਅਦਰਕ ਥੋੜ੍ਹਾ ਜਿਹਾ, ਉਹ ਅਦਰਕ ਅਤੇ ਸੁੰਡ ਆ ਗਏ ਨਾ, ਕਾਲੀਆਂ ਮਿਰਚਾਂ, ਕਾਲੀਆਂ ਮਿਰਚਾਂ ਵੀ ਤੁਸੀਂ ਜਿੰਨਾ ਅਦਰਕ ਸੁੱਕਾ ਹੋਇਆ ਅਦਰਕ ਆ, ਯਾਨੀ ਸੁੰਡ ਆ ਜਿੰਨੀ, ਉਹਨੀਆਂ ਹੀ ਕਾਲੀਆਂ ਮਿਰਚਾਂ, ਅਤੇ ਉਸ ਤੋਂ ਅੱਧੀਆਂ ਵਾਈਟ ਮਿਰਚਾਂ, ਚਿੱਟੀਆਂ ਮਿਰਚਾਂ। ਹੁਣ ਇਹਨਾਂ ਨੂੰ ਪੀਸ ਲਓ, ਇਹ ਤੁਹਾਡੇ ਕੋਲ ਖਾਣਾ ਹੈ, ਬੜਾ ਫਨ ਹੈ, ਕੌੜਾ ਹੋ ਜਾਣਾ ਕੰਮ। ਇਹਦੀ ਪਿੰਨੀਆਂ ਬਣਾ ਲਓ, ਛੋਟੀਆਂ ਛੋਟੀਆਂ, ਵੱਡੀਆਂ ਨਹੀਂ, ਛੋਟੀਆਂ ਛੋਟੀਆਂ ਪਿੰਨੀਆਂ, ਉਹ ਇੱਕ ਪਿੰਨੀ ਰੋਜ਼ ਦੀ ਖਾਣ ਦੀ ਆਦਤ ਪਾ ਲਓ, ਜਸਟ ਇੱਕ ਪਿੰਨੀ। ਲਾਜੂ ਐਨਕ? ਬਿਲਕੁਲ ਲਾਜੂਗੀ। ਇੱਕ ਦੂਸਰਾ, ਇਹਨੂੰ ਉਵੇਂ ਵੀ ਤੁਸੀਂ ਅਗਰ ਹਿੰਮਤ ਕਰ ਸਕਦੇ ਹੋ ਤਾਂ ਇੱਕ ਚਮਚਾ ਰੋਜ਼ ਦਾ ਉਵੇਂ ਹੀ ਗਰਮ ਦੁੱਧ ਨਾਲ ਲੈ ਲਓ, ਕੌੜਾ ਹੁੰਦਾ, ਮਿਸ਼ਰੀ ਪਾਈ ਸੀ ਨਾਲ, ਕਿਉਂਕਿ ਕਾਲੀਆਂ ਮਿਰਚਾਂ ਜਿਹੜੀਆਂ ਵਾਈਟ ਮਿਰਚਾਂ ਨਾ, ਉਹ ਜਿਵੇਂ ਦੀਆਂ ਕਾਲੀਆਂ ਹੁੰਦੀਆਂ ਉਵੇਂ ਦੀਆਂ ਵੀ ਵਾਈਟ ਹੁੰਦੀਆਂ ਨੇ, ਉਹ ਨਜ਼ਰ ਦੀ ਦਵਾਈ ਹੈ, ਐਨਕ ਉਤਾਰਨ ਦੀ ਦਵਾਈ ਆ। ਉਹਨਾਂ ਨੇ ਐਨਕ ਉਤਾਰ ਦੇਣੀ ਤੁਹਾਡੀ, ਲੇਕਿਨ ਉਹਨਾਂ ਨੇ ਟੇਸਟ ਵੀ ਤਾਂ ਖਰਾਬ ਕਰ ਦੇਣਾ ਨਾ। ਉਹ ਤੁਸੀਂ ਕੂਜ਼ਾ ਮਿਸ਼ਰੀ ਥੋੜ੍ਹੀ ਜਿਹੀ ਜ਼ਿਆਦਾ ਪਾ ਲਓ, ਅਤੇ ਇਹਦਾ ਤੁਸੀਂ ਭਿੰਨੀਆਂ ਬਣਾ ਲਓ। ਅੱਛਾ, ਸਮਾਂ ਦੌੜ ਰਿਹਾ, ਬਾਕੀ ਨਾਲ ਨਾਲ ਸਵੇਰ ਦੀ ਤਰੇਲ ਵੀ ਕਹਿੰਦੇ ਅੱਖਾਂ ਲਈ ਚੰਗੀ ਹੁੰਦੀ ਹੈ, ਬੈਸਟ ਆ ਘਾਹ 'ਤੇ। ਤੁਸੀਂ ਅਗਰ ਪੈਦਲ ਚੱਲਦੇ ਹੋ, ਨੰਗੇ ਪੈਰੋਂ ਚੱਲਦੇ ਹੋ, ਅਤੇ ਤੁਹਾਡਾ ਅੱਖਾਂ 'ਤੇ ਉਹ ਵੀ ਅਸਰ ਪਾਉਂਦੀ ਹੈ, ਉਹ ਕੋਲੈਸਟਰੋਲ ਵੀ ਘੱਟ ਕਰਦੀ, ਯੂਰਿਕ ਐਸਿਡ ਵੀ ਘੱਟ ਕਰਦੀ। ਜਿਹਨਾਂ ਜਿਹਨਾਂ ਨੂੰ ਯੂਰਿਕ ਐਸਿਡ ਆ ਉਹ ਇੱਕ ਕੰਮ ਕਰਿਆ ਕਰਨ, ਹੁਣ ਇੱਥੇ ਤਾਂ ਠੰਡ ਲੱਗ ਜਾਏਗੀ ਜੇ ਇੱਥੇ ਕਰਨਗੇ ਤਾਂ,
ਉੱਥੇ ਕਰ ਸਕਦੇ ਤੁਸੀਂ ਆਪਣੇ ਮੁਲਕ 'ਚ, ਉੱਥੇ ਕਰਿਆ ਕਰੋ। ਉਹਨੇ ਠੰਡ 'ਚ ਇੱਥੇ ਵੀ ਨਾ ਕਰਨ, ਠੰਡ ਠੰਡ ਸਿਆਲਾਂ 'ਚ ਉੱਥੇ ਵੀ ਠੰਡ ਲੱਗ ਹੀ ਜਾਣੀ ਹੈ, ਉੱਥੇ ਠੰਡ ਹੋਈ ਉੱਥੇ ਠੰਡ ਲੱਗਣੀ, ਠੰਡ ਲੱਗ ਜਾਣੀ। ਅੱਛਾ ਕਈ ਵਾਰੀ ਕਹਿੰਦੇ ਜਿਹੜਾ ਤੁਹਾਡਾ ਸਵੇਰੇ ਮੂੰਹ ਦੇ ਵਿੱਚ ਸਲਾਈਵਾ ਥੁੱਕ ਸਵੇਰ ਦੇ ਟਾਈਮ ਉਹਦੀ ਸਲਾਈ, ਉਹਨੂੰ ਉਹ ਥੁੱਕ ਉਸ ਟਾਈਮ ਉਹ ਅੱਖਾਂ 'ਤੇ ਕਈ ਕਾਫੀ ਪ੍ਰਚਾਰ ਇਸ ਚੀਜ਼ ਦਾ ਸੁਣਿਆ। ਇਹ ਮੈਂ ਇੱਕ ਡਾਕਟਰ ਸਾਹਿਬ ਨੂੰ ਬੋਲਦਿਆਂ ਸੁਣਿਆ ਸੀ, ਲੇਕਿਨ ਮੈਂ ਕਦੇ ਕਿਸੇ ਨੂੰ ਦੱਸਿਆ ਨਹੀਂ ਇਹਦਾ, ਇਹ ਮੈਂ ਐਕਸਪੀਰੀਅੰਸ ਨਹੀਂ ਕੀਤਾ, ਆਈ ਡੂ ਨੋਟ ਨੋ ਅਬਾਊਟ ਦਿਸ। ਇਹ ਤੁਸੀਂ ਸਵੇਰੇ ਤਜਰਬਾ ਕਰਕੇ ਦੇਖ ਲਓ, ਮੇਰੀਆਂ ਕਮਜ਼ੋਰ ਨਹੀਂ ਹੈਗੀਆਂ, ਮੈਨੂੰ ਜਿਹੜੀਆਂ ਹੈਗੀਆਂ ਉਹ ਕਰਕੇ ਸਾਨੂੰ ਇਹ ਦੱਸਣ ਕਿ ਇਹਦੇ ਨਾਲ ਫਰਕ ਪਿਆ, ਫਰਕ, ਕਿਉਂਕਿ ਮੈਂ ਕਿਸੇ ਡਾਕਟਰ ਸਾਹਿਬ ਨੂੰ ਟੀਵੀ 'ਤੇ ਬੋਲਦਿਆਂ ਦੇਖਿਆ ਸੀ, ਉਹਨਾਂ ਨੇ ਇਹ ਗੱਲ ਦੱਸੀ ਸੀ, ਮੈਂ ਕਹਿੰਦਾ ਆਈ ਡੂ ਨੋਟ ਨੋ। ਚੰਗੇ ਸਲਾਹਕਾਰ ਤੋਂ ਹੀ ਸਲਾਹ ਮਿਲੀ ਸੀਗੀ, ਲੇਕਿਨ ਇਹਨੂੰ ਅਜ਼ਮਾਉਣ ਤੋਂ ਬਾਅਦ ਆਪਾਂ ਕੁਛ ਕਹਿ ਸਕਦੇ ਹਾਂ, ਪਰ ਇਹਨੂੰ ਅਜ਼ਮਾਇਆ ਨਹੀਂ ਹਾਲੇ ਤੱਕ। ਕਰੀਏ ਫਿਰ ਸਮਾਪਤੀਆਂ ਕਰ ਦਿੱਤੀਆਂ ਨਹੀਂ ਸਮਾਪਤ। ਗੱਲਬਾਤ ਗੱਲਬਾਤ ਅੱਜ ਦੀ ਇਹ ਹੈ ਕਿ ਜਦੋਂ ਬੁਰਾ ਵਕਤ ਆਉਂਦਾ ਨਾ ਇਨਸਾਨ 'ਤੇ, ਤਾਂ ਬਹੁਤ ਸਾਰੇ ਲੋਕ ਚੜ ਜਾਂਦੇ ਨੇ, ਜਿਹੜਾ ਫਾਲਤੂ ਦਾ ਬੋਝ ਤੁਸੀਂ ਉਠਾਇਆ ਹੁੰਦਾ ਨਾ, ਹਰ ਇੱਕ ਨੂੰ ਯਾਰ 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 ਸਮਝ ਰਹੇ ਹੁੰਦੇ ਹੋ, ਉਹ ਚੜ ਜਾਂਦੇ ਨੇ। ਅਤੇ ਜਦੋਂ ਬੁਰਾ ਵਕਤ ਆਵੇ ਨਾ, ਤਾਂ ਉਹਦੇ 'ਚ ਬਹੁਤ ਸਾਰੇ ਲੈਸਨ ਹੁੰਦੇ ਨੇ, ਅਤੇ ਕਾਪੀ ਪੈਨਸਲ ਲੈ ਕੇ ਉਦੋਂ ਲਿਖਦੇ ਰਿਹਾ ਕਰੋ ਚੀਜ਼ਾਂ ਨੂੰ। ਉਹ ਲੈਸਨ ਜਿਹੜੇ ਤੁਹਾਨੂੰ ਮਿਲਦੇ ਨੇ ਨਾ, ਉਹ ਜਿਹੜੇ ਸਬਕ ਮਿਲਦੇ ਨੇ, ਉਹ ਹੀ ਤੁਹਾਡੀ ਜ਼ਿੰਦਗੀ ਦੀ ਸਕਸੈਸ ਦਾ ਵਜ਼ਨ ਬਣਨਗੇ, ਬਣਨਗੇ ਜ਼ਿੰਦਗੀ ਦੀ ਸਕਸੈਸ ਦੀ ਰੀਜ਼ਨ ਬਣਨਗੇ। ਉਹ ਲੈਸਨ ਲੈ ਕੇ ਅਤੇ ਬਾਕੀ ਦੀ ਜ਼ਿੰਦਗੀ 'ਤੇ ਉਹਨੂੰ ਅਪਲਾਈ ਕਰਨਾ। ਬੁਰਾ ਵਕਤ ਆਉਣ ਲੱਗਿਆ ਦੇਰ ਨਹੀਂ ਲੱਗਦੀ, ਲੇਕਿਨ ਬੁਰੇ ਵਕਤ 'ਚ ਸਿੱਖ ਜਾਣਾ, ਸਮਝ ਜਾਣਾ ਚੀਜ਼ਾਂ ਨੂੰ, ਇਹ ਸਭ ਤੋਂ ਵੱਡੀ ਕਾਮਯਾਬੀ ਹੈ, ਤੁਹਾਡੀ ਅਗਲੀ ਕਾਮਯਾਬੀ ਦਾ ਇਹ ਵਜ੍ਹਾ ਬਣਦੀ। ਮੈਨੂੰ ਇਜਾਜ਼ਤ ਦਿਓ ਅਤੇ ਮੇਰੇ ਲਈ ਵੀ ਦੁਆ ਕਰੋ ਅਤੇ ਆਪਣੇ ਲਈ ਵੀ ਦੁਆ ਕਰੋ, ਮੇਰੇ ਲਈ ਵੀ ਕਰ ਦਿਓ। ਬਹੁਤ ਧੰਨਵਾਦ, ਥੈਂਕ ਯੂ। ਠੀਕ ਹੈ ਡਾਕਟਰ, ਸੋ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਇੱਥੇ। ਹੁਣ ਮੈਨੂੰ ਜੋਗਰਾ ਸਿੰਘ ਕਾਲੋ ਨੂੰ ਦੇਵਾ ਗਿਆ, ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।